ਸਤਿ ਸ੍ਰੀ ਅਕਾਲ ਜੀ। ਮੈਨੂੰ ਹੁਣੇ ਹੁਣੇ ਪਤਾ ਲੱਗਿਆ ਕਿ ਸਾਡੇ ਛੋਟੇ ਭਰਾ ਸੰਦੀਪ ਨੰਗਲੰਬੀਆਂ ਤੇ ਜਿਹੜਾ ਕਿ ਬੜਾ ਵਧੀਆ ਕਬੱਡੀ ਪਲੇਅਰ ਆ ਉੱਤੇ ਅਟੈਕ ਹੋਇਆ, ਬੜਾ ਨਿੰਦਣਯੋਗ ਆ। ਅਸੀਂ ਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਕਿ ਸਾਡਾ ਭਰਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੋਵੇ, ਤੇ ਮੈਂ ਸਾਰੇ ਕਬੱਡੀ ਜਗਤ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਰੇ ਅਰਦਾਸ ਕਰੋ ਕਿ ਸਾਡਾ ਭਰਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੋਵੇ। ਜਿਸ ਵੀ ਸ਼ਰਾਰਤੀ ਅੰਸਰ ਨੇ ਸ਼ਰਾਰਤ ਕੀਤੀ ਆ, ਜਲਦ ਤੋਂ ਜਲਦ ਆਪਾਂ ਉਸ ਤੇ ਜੋ ਕਾਨੂੰਨੀ ਕਾਰਵਾਈ ਹੋਵੇਗੀ ਜਲਦੀ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲ ਸਤਿ ਸ੍ਰੀ ਅਕਾਲ ਜੀ। ਮੈਨੂੰ ਹੁਣੇ ਹੁਣੇ ਪਤਾ ਲੱਗਿਆ ਕਿ ਸਾਡੇ ਛੋਟੇ ਭਰਾ ਸੰਦੀਪ ਨੰਗਲੰਬੀਆਂ ਤੇ ਜਿਹੜਾ ਕਿ ਬੜਾ ਵਧੀਆ ਕਬੱਡੀ ਪਲੇਅਰ ਆ ਉੱਤੇ ਅਟੈਕ ਹੋਇਆ, ਬੜਾ ਨਿੰਦਣਯੋਗ ਆ। ਅਸੀਂ ਕਾਲ ਪੁਰਖ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਕਿ ਸਾਡਾ ਭਰਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੋਵੇ, ਤੇ ਮੈਂ ਸਾਰੇ ਕਬੱਡੀ ਜਗਤ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਸਾਰੇ ਅਰਦਾਸ ਕਰੋ ਕਿ ਸਾਡਾ ਭਰਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੋਵੇ। ਜਿਸ ਵੀ ਸ਼ਰਾਰਤੀ ਅੰਸਰ ਨੇ ਸ਼ਰਾਰਤ ਕੀਤੀ ਆ, ਜਲਦ ਤੋਂ ਜਲਦ ਆਪਾਂ ਉਸ ਤੇ ਜੋ ਕਾਨੂੰਨੀ ਕਾਰਵਾਈ ਹੋਵੇਗੀ ਜਲਦੀ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।